ਅੱਜ ਅਸੀਂ ਅਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ, ਪਰ ਅਸੀਂ ਸਾਰੇ ਜ਼ਿਲ੍ਹੇ 'ਚੋਂ ਜਿਹੜੇ ਆਪਦੇ ਕਿਸਾਨ ਸੀ ਕਚਹਿਰੀ ਚੌਂਕ 'ਚ ਇਕੱਠੇ ਸੀ, ਇੱਥੇ ਤਾਂ ਖੜ੍ਹਾ ਆ ਸੜਕ 'ਤੇ। ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ, ਕਿ ਇੱਥੇ ਪੁਲਿਸ ਨੇ ਗੱਡੀਆਂ ਟੇਢੀਆਂ ਕਰਕੇ ਸਾਡੇ ਸਾਧਨ ਰੋਕਿਆ, ਪੁਲਿਸ ਦਾ ਨਾਕਾ ਲੱਗਿਆ ਹੋਇਆ, ਅਸੀਂ ਆਪਦਾ ਪ੍ਰਦਰਸ਼ਨ ਕਰਨ ਲਈ ਖੜ੍ਹੇ ਹੈ। ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ, ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਹਾਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਚੁੱਕਿਆ, ਅਸੀਂ ਆਪਦਾ ਵਿਰੋਧ ਪ੍ਰਦਰਸ਼ਨ ਕਰਨ 'ਚ ਪੂਰਾ ਸਫਲ ਹੋਏ ਹੈ, ਅਤੇ ਆਉਣ ਵਾਲੇ ਦਿਨਾਂ 'ਚ ਆ ਕੰਮ ਨਿਬੜ ਜਾਣਾ ਹੈ। ਆਉਣ ਵਾਲੇ ਦਿਨਾਂ 'ਚ ਅਰਵਿੰਦ ਖੰਨੇ ਵਰਗਿਆਂ ਦੀ ਪਲੀਟ ਦੇਖਿਓ ਪੈਂਦੀ, ਪਿੰਡਾਂ 'ਚੋਂ ਇਹਨਾਂ ਦੀ ਰੇਸ ਲਵਾਵਾਂਗੇ, ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਸਾਡੇ ਕਿਸਾਨਾਂ ਨੂੰ ਕਿੱਲ ਗੰਢਿਆ, ਕੰਧਾਂ ਗੰਢਿਆ, ਅਸੀਂ ਕਿੱਲ 'ਤੇ ਕੰਧਾਂ ਨਹੀਂ ਗੱਡਾਂਗੇ, ਅਸੀਂ ਬੰਦਿਆਂ ਦੀਆਂ ਕੰਧਾਂ ਖੜੀਆਂ ਕਰਾਂਗੇ ਇਹਨਾਂ ਦੇ ਮੂਹਰੇ, ਵੀ ਸਾਡੇ ਉੱਥੋਂ ਦੀ ਗੱਡੀਆਂ ਲੰਘਾ ਕੇ ਪਿੰਡਾਂ ਦੀਆਂ ਸੱਥਾਂ 'ਚ ਜਾਵੜੋ, ਨਹੀਂ ਇਹਨਾਂ ਨੂੰ ਸੱਥਾਂ 'ਚ ਵੰਡ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਨੂੰ। ਅਸੀਂ ਭਾਰਤੀ ਕਿਸਾਨ ਜਿਹੜੇ ਏਕਤਾ ਗਰਾਹਾਂ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਵੱਲੋਂ ਜਿਹੜਾ ਅਮਰਿੰਦਰ ਖੰਨਾ ਅੱਜ ਦੋ ਤਿੰਨ ਪਿੰਡਾਂ ਦੇ ਵਿੱਚ ਆਇਆ, ਸ਼ਹਿਰਾਂ ਦੇ ਵਿੱਚ ਆਇਆ, ਮੀਟਿੰਗਾਂ ਕਰਦਾ ਸੀ, ਵਿਰੋਧ ਕੀਤਾ ਹੈ। ਐਸ ਕੇ ਐਮ ਵੱਲੋਂ ਫੈਸਲਾ ਹੋਇਆ ਹੈ ਭਾਰਤ ਪੱਧਰ ਦੇ ਵਿੱਚ ਬੀਜੇਪੀ ਜਿਹੜੇ ਵੀ ਸੂਬੇ ਦੇ ਵਿੱਚ ਜਿਹੜੇ ਪਿੰਡਾਂ 'ਚ ਇਹਨਾਂ ਦੇ ਲੀਡਰ ਜਾਂਦੇ ਆ, ਅਸੀਂ ਕਹਿੰਦੇ ਵੀ ਬੀਜੇਪੀ ਦੇ ਲੀਡਰ ਪੰਜਾਬ ਦੇ ਪਿੰਡਾਂ 'ਚੋਂ ਭਾਰਤ ਦੇ ਪਿੰਡਾਂ 'ਚੋਂ ਬਾਹਰ ਜਾਓ। ਜਿੰਨਾ ਬੀਜੇਪੀ ਨੇ ਪੰਜਾਬ ਭਾਰਤ ਦੇ ਵਿੱਚ ਹਵਾ ਮਚਾਇਆ ਹੋਇਆ ਭਾਰਤ ਆਪਣੇ ਧਰਮ ਦੇ ਨਾਂ ਦੇ ਉੱਤੇ, ਜਿਹੜੀਆਂ ਸੈਂਟਰ ਦੇ ਨਾਲ ਮੰਗਾਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ, ਸਵਾ ਸਾਲ ਲੜ ਕੇ ਸਮਝੌਤਾ ਹੋਇਆ, ਉਹਨਾਂ ਸਮਝੌਤਿਆਂ ਤੋਂ ਬੀਜੇਪੀ ਭੱਜ ਚੁੱਕੀ ਹੈ, ਧਰਮ ਦੇ ਅੜ ਦੇ ਉੱਤੇ ਬੀਜੇਪੀ ਸਰਕਾਰ ਦੁਬਾਰੇ ਬਣਾਉਣਾ ਚਾਹੁੰਦੀ ਹੈ। ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ, ਅਪੀਲ ਕਰਦੇ ਹਾਂ ਵੀ ਆਉਣ ਵਾਲੇ ਦਿਨ ਜਿਹੜੇ ਸੰਘਰਸ਼ ਨੂੰ ਤੇਜ਼ ਕਰੋ, ਜਿਹੜੀ ਬੀਜੇਪੀ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਜੇ ਸੈਂਟਰ ਦੇ ਵਿੱਚ ਦੁਬਾਰੇ ਕਾਬਜ ਹੁੰਦੀ ਹੈ, ਇਹ ਮਤ ਭੁੱਲ ਜਾਓ, ਵੋਟਾਂ ਨਹੀਂ ਪੈਣੀਆਂ, ਧਰਮ ਦੇ ਨਾਂ ਤੇ ਦੰਗੇ ਕਰਾਉਣ ਲਈ ਸਰਕਾਰ ਕਾਹਲੀ ਹੋਈ ਹੋਈ ਹੈ, ਅਸੀਂ ਆਪਦੇ ਧਰਮਾਂ 'ਚ ਰਹਿ ਕੇ ਅਸੀਂ ਆਪਦੇ ਕਿੱਤੇ ਦੀ ਰਾਖੀ ਕਰਨੀ ਹੈ ਤੇ ਸਰਕਾਰ ਦੇ ਖਿਲਾਫ ਜੰਗ ਨੂੰ ਤੇਜ਼ ਕਰਨਾ ਤੇ ਲੋਕਾਂ ਨੂੰ ਅਪੀਲ ਕਰਨੀ ਹੈ, ਭਾਈਚਾਰਾ ਬਣਾ ਕੇ ਰੱਖਣਾ, ਸਰਕਾਰ ਦੇ ਖਿਲਾਫ ਜੰਗ ਨੂੰ ਸ਼ਾਮਲ ਹੋਣਾ ਤੇ ਜਾਰੀ ਰੱਖਣਾ। ਕੁਝ ਨਹੀਂ, ਪਾਰਟੀ ਨੂੰ ਤਕੜਾ ਕਰਨ ਆਏ ਆ, ਹੱਲਾਸ਼ਾਰੀ ਦੇਣ ਆਏ ਆਪਣੇ ਕਾਰਜਕਰਤਾ ਨੂੰ, ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚਲਾਉਣਾ ਹੈ ਉਸ ਮੁੱਦਿਆਂ 'ਤੇ ਆਪਾਂ ਗੱਲ ਕੀਤੀ ਹੈ, ਇਹ ਮੁੱਖ ਮੁੱਦਾ ਸੀ। ਜਿਵੇਂ ਕਿ ਕਿਸਾਨ ਯੂਨੀਅਨ ਨੇ ਧਰਨੇ ਲਾਏ ਹੋਏ ਆ, ਪ੍ਰੋਟੈਸਟ ਕਰ ਰਹੇ ਆ, ਪਿੰਡ ਪਿੰਡ ਜਾ ਕੇ ਉਹ ਕਹਿੰਦੇ ਬੀਜੇਪੀ ਦਾ ਵਿਰੋਧ ਕਰਾਂਗੇ। ਇਹ ਕਿਸਾਨ ਯੂਨੀਅਨ ਨਹੀਂ ਕਰ ਰਹੀ, ਆਮ ਆਦਮੀ ਪਾਰਟੀ ਦੇ ਕਾਰਜਕਰਤਾ ਕਰ ਰਹੇ ਆ। ਇਹ ਕਿਸਾਨ ਤੋਂ ਵਿਚਾਰਾ ਖੇਤ 'ਚ ਬੈਠਾ ਹੈ, ਜਿਹਨਾਂ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ, ਅਤੇ ਇਹ ਜੋ ਜਥੇਬੰਦੀਆਂ ਘੁੰਮ ਰਹੀ ਹੈ ਭਗਵੰਤ ਮਾਨ ਸਾਹਿਬ ਦੇ ਲੋਕ ਆ, ਕਿਸਾਨ ਨਹੀਂ ਹੈ। ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੋਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਪਰਿਵਾਰ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ। ਜੋ ਆਪਣੇ ਕਿਸਾਨ ਹਨ ਉਹ ਬਿਲਕੁਲ ਮਿਹਨਤ ਕਰ ਰਹੇ, ਕੰਮ ਕਰ ਰਹੇ, ਔਰ ਭਾਰਤੀ ਜਨਤਾ ਪਾਰਟੀ ਪੰਜਾਬ, ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ, ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦੀ ਆਮਦਨੀ ਵਧਾਉਣ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ, ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਤਾਰ ਦਿੱਤੇ ਲੋਕ ਸਭਾ ਸੰਗਰੂਰ ਤੋਂ ਜੀ, ਬੀਜੇਪੀ ਵੱਲੋਂ ਹਾਲੇ ਵੀ ਨਹੀਂ ਉਮੀਦਵਾਰ? ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ, ਬੀਜੇਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ, ਔਰ ਕਮਲ ਦੇ ਫੁੱਲ ਨੂੰ ਆਪਾਂ ਤਕੜਾ ਕਰ ਰਹੇ ਹਾਂ, ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲਿਜਾਵਾਂਗੇ, ਵੋਟਾਂ ਕਮਲ ਦੇ ਫੁੱਲ ਨੂੰ ਪੈਣੀ ਹੈ, ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ। ਸਰ ਕਮਲ ਦਾ ਫੁੱਲ ਕਿੰਨਾਂ ਦੇ ਹੱਥ 'ਚ ਹੈ? ਹੈਂ, ਕਿੰਨਾਂ ਦੇ ਹੱਥ 'ਚ? ਕਿਹੜੇ? ਮੋਦੀ ਸਾਹਿਬ ਦੇ। ਸਾਡੇ ਪ੍ਰਧਾਨਾਂ ਦੇ, ਸਾਡੇ ਜੋ ਚਾਰੋ ਪ੍ਰਧਾਨ ਆ, ਮਲੇਰਕੋਟਲੇ ਦਾ ਪ੍ਰਧਾਨ, ਬਰਨਾਲੇ ਦਾ ਪ੍ਰਧਾਨ,
ਸਾਡੇ ਕਾਰਿਕਰਤਾ ਦੇ ਹੱਥ 'ਚ ਆ, ਸਾਡੇ ਸੰਗਰੂਰ ਦੇ ਪ੍ਰਧਾਨ, ਸਾਡੇ ਜੋ ਪਾਰਟੀ ਦੇ ਕਾਰਿਕਰਤਾ ਹਨ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ। ਦੇਖੋ 1% ਦੀ ਗੱਲ ਨਹੀਂ ਹੈ, ਜਦ ਰਾਮ ਜੀ ਨੇ ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ, ਲੰਕਾ ਦੇ ਉੱਤੇ, ਅਤੇ ਹਨੂੰਮਾਨ ਸੈਨਾ ਉਹਦੇ ਨਾਲ ਸੀ, ਅਤੇ ਇਹ ਭਾਰਤੀ ਜਨਤਾ ਪਾਰਟੀ ਆ, ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਿਕਰਤਾ, ਹਰੇਕ ਵਰਕਰ, ਹਰੇਕ ਅਹੁਦੇਦਾਰ ਸਾਡਾ ਸਿੰਬਲ, ਸਾਡਾ ਉਮੀਦਵਾਰ ਹੈ। ਉਹ ਟਕਾ ਕੇ ਆਪਾਂ ਇੱਥੇ ਜਵਾਬ ਦੇਵਾਂਗੇ ਦੂਜੀ ਪਾਰਟੀਆਂ ਨੂੰ, ਔਰ ਇੱਥੇ ਜਿੱਤ ਕੇ ਜਾਵਾਂਗੇ। ਕਿ ਪਹਿਲਾਂ 12,000 ਵੋਟ ਆਪਾਂ ਨੂੰ ਪਈ ਸੀ, ਉਮੀਦ ਹੈ ਆਪਾਂ ਜਿੱਤ ਕੇ ਨੂੰ ਜਾਵਾਂਗੇ, ਜਿੱਤਾਂਗੇ, ਪੱਕਾ ਜਿੱਤਾਂਗੇ, 13 ਜਿੱਤਾਂਗੇ, ਪੂਰਾ ਜਿੱਤਾਂਗੇ, 100% ਜਿੱਤਾਂਗੇ। ਕਿਉਂਕਿ ਸੰਯੁਕਤ ਮੋਰਚੇ ਦਾ ਸੱਦਾ ਵੀ ਜਦੋਂ ਭਾਜਪਾ ਦੀ ਜਿਹੜੀ ਬੁੱਚੜ ਹਕੂਮਤ ਹੈ ਜਦੋਂ ਵੀ ਇਹ ਪਿੰਡਾਂ 'ਚ ਲੋਕ ਸਭਾ ਦੀਆਂ ਵੋਟਾਂ ਮੰਗਣ ਵਾਸਤੇ ਆਊਗੀ, ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾਂ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ। ਲਖੀਮਪੁਰ ਖੀਰੀ ਦੇ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ, ਇਹ ਸਾਡੀ ਮੰਗ ਹੈਗੀ ਹੈ। ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ 'ਤੇ ਬੈਠੇ ਸੀ, ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਬੈਰੀਗੇਡ ਲਾਏ ਨੇਗੇ, ਗੋਲੀਆਂ ਵਹਾਈਆਂ ਨੇ, ਸਾਡੀਆਂ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕੀਤੀਆਂ ਨੇ, ਸਾਡੇ ਭਰਾਵਾਂ ਦੇ ਲੱਤਾਂ ਬਾਹਾਂ ਤੋੜੀਆਂ ਨੇਗੀਆਂ, ਫਿਰ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਂਗੇ? ਕਿਉਂਕਿ ਅਸੀਂ ਜਿਹੜੀ ਲੋਕ ਤਾਕਤ ਹੈ ਇਕੱਠੇ ਹੋ ਕੇ ਵਿਰੋਧ ਕਰਾਂਗੇ, ਚਾਹੇ ਸਾਡਾ ਅੱਜ ਸ਼ਾਂਤਮਈ ਜਾਣੀ ਵਿਰੋਧ ਹੈਗਾ, ਅਸੀਂ ਕੀਤਾ ਵੀ ਹੈ ਅਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ, ਜਦੋਂ ਪਿੰਡਾਂ 'ਚ ਉਤਰੂਗਾ, ਜਦ ਤਾਂ ਪਹਿਲੀ ਵਾਰੀ ਸਾਡੇ ਬਰਨਾਲੇ 'ਚ ਆਇਆ ਅਰਵਿੰਦ ਖੰਨਾ, ਅਤੇ ਅੱਗੇ ਦੇਖੇ ਵੀ ਕੀ ਹੁੰਦਾ, ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ਼ ਹੋਏ, ਸਾਡੇ 700 ਤੋਂ ਉੱਤੇ ਸ਼ਹੀਦ ਪਰਿਵਾਰ ਹੋ ਗਏ, ਇਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਕੁਛ ਤਾਂ ਮੁਆਵਜ਼ੇ ਤੋਂ ਵੀ ਰਹਿੰਦੇ ਨੇ, ਹਲੇ ਨੌਕਰੀਆਂ ਨਹੀਂ ਦਿੱਤੀਆਂ, ਕਰਜ਼ੇ ਦਾ ਪੂਰੇ ਦਾ ਪੂਰਾ ਖੜਾ ਉਹ ਨਹੀਂ ਹਲੇ ਮਾਫ਼ ਕੀਤਾ, ਸਾਡਾ ਸ਼ੁਭਕਰਨ ਭਰਾ ਹੈਗਾ ਉਹਨੂੰ ਇਹਨਾਂ ਨੇ ਸ਼ਹੀਦ ਕੀਤਾ ਹੈਗਾ, ਅਤੇ ਅਸੀਂ ਕਿਵੇਂ ਵੜਨ ਦੇ ਦਈਏ ਭਾਜਪਾ ਦੀ ਹਕੂਮਤ ਨੂੰ? ਨਹੀਂ ਵੜਨ ਦੇਵਾਂਗੇ। ਸੰਯੁਕਤ ਮੋਰਚੇ ਦਾ ਸੱਦਾ ਹੈ, ਆਹ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ ਜਿਹੜੀ ਪਿੰਡਾਂ ਦੇ ਵਿੱਚ ਵੜਨ ਸਹੀ, ਉੱਥੇ ਦੱਸਾਂਗੇ ਵੀ ਕਿਹੜੇ ਭਾਅ ਵਿਕਦੀ ਆ। ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ? ਮੰਗ ਪੱਤਰ ਤਾਂ ਨਹੀਂ, ਹਜੇ ਸਾਡਾ ਵਿਰੋਧ ਹੀ ਹੈ, ਅਸੀਂ ਵਿਰੋਧ ਹੀ ਕਰਨਾ, ਸਾਡੇ 11 ਸਵਾਲ ਲਿਖੇ ਹੋਏ ਵੀ ਨੇ, ਦਿੱਤੇ ਹੋਏ ਵੀ ਨੇ, ਸਾਡੇ 11 ਸਵਾਲਾਂ ਦੇ ਜਵਾਬ ਦੇ ਦੇਣ, ਜੇ ਇਹ ਸੱਚੀਓ ਹੱਕ ਸੱਚ ਵਾਸਤੇ ਜਾਣੀ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਉਹਨਾਂ ਨੇ 11 ਸਵਾਲ ਦੇਣ, ਸਾਡੇ ਜਵਾਬ ਦੇਣ, ਅਸੀਂ ਜਵਾਬ ਲੈਣ ਆਇਆ। ਭੱਜਦੇ ਕਿਉਂ ਨੇ? ਕਿਉਂ ਪ੍ਰਸ਼ਾਸਨ ਨੂੰ ਖੜਾ ਕੀਤਾ? ਸਾਡੀ ਮੰਗ ਆ।